ਤੈਨੂੰ ਮੈਂ WhatsApp ਕੀਤੀ ਡਾਈਟ ਆ ਖਾਈ ਵੇਖੀ ਕਿਵੇਂ ਦਿਨਾਂ 'ਚ ਸਰੀਰ ਬਣਨਾ ਹੀ ਰਿਹਾ ਠੀਕ ਹੈ ਮਾਰ ਉਸਤਾਦ ਇਹ ਉਹ ਜਾਂਦੇ ਹੋ ਜਿਹਨੇ ਬਦਾਮ ਪਾਣੀ ਵਾਲੀ ਵੀਡੀਓ ਬਣਾਈ ਹੈ ਆ ਉਹ ਆ ਆਹੋ ਘੇਰੀ ਹੈ ਜਰਾ ਚੱਲ ਉਹ ਚੱਲ ਚੱਲ ਛੇਤੀ ਕਰ ਉਹ ਜਾਂਦਾ ਹੀ ਉਹ ਹੈਲੋ ਵੀਰ ਇੱਕ ਮਿੰਟ ਗੱਲ ਸੁਣੀ ਇੱਕ ਮਿੰਟ ਵੀਡੀਓ ਵੇਖੀ ਸਾਰੀ ਉਮਰ ਚ ਇਹਦੀ ਅੱਧਾ ਕਿਲੋ ਬਦਾਮ ਹੀ ਇਹਦੇ ਕਰਮਾਂ 'ਚ ਅਤੇ ਇਹਨੇ ਜਿੰਮ ਲਾ ਕੇ ਦਿਨਾਂ ਜਿੰਮ ਕਾਤੇ ਆ ਜਿੱਦਾਂ ਕਹਿੰਦੇ ਨਹੀਂ ਹੁੰਦੇ ਕਿ ਦਾਣਾ ਪਾਣੀ ਮੁੱਕ ਗਿਆ ਤਾਂ ਬੰਦਾ ਉਹ ਜਾਂਦਾ ਕਹਿੰਦਾ ਇਹਦਾ ਬਦਾਮ ਪਾਣੀ ਮੁੱਕ ਗਿਆ ਤਾਂ ਉਹ ਗਿਆ ਅਤੇ ਇੱਧਰ ਸਮੋਸਿਆਂ ਵਾਲੇ ਅਜੇ ਵੀ ਖੱਜਲ ਹੋਣ ਡੇ ਉਹ ਇਹਦਾ ਕੋਈ ਲੌਜਿਕ ਬਣਿਆ ਜੇ ਬਦਾਮ ਪਾਣੀ ਮੁੱਕ ਗਿਆ ਤਾਂ ਬੰਦਾ ਉਹ ਗਿਆ ਅਤੇ ਜੇ ਤੇਰਾ ਸਮੋਸਾ ਪਾਣੀ ਮੁੱਕ ਗਿਆ ਫਿਰ ਸਮੋਸਿਆਂ 'ਚ ਕੀ ਪੈਂਦਾ ਆਲੂ ਆਲੂ ਅਤੇ ਆਲੂਆਂ ਦਾ ਕਿਸੇ ਵੇਲੇ ਇੰਨਾ ਬੁਰਾ ਹਾਲ ਹੁੰਦਾ ਨਾ ਕਿਸਾਨਾਂ ਦਾ ਰੇਟ ਇੰਨਾ ਨਾ ਲੱਗੇ ਸੜਕਾਂ 'ਤੇ ਸੁੱਟੇ ਜਾਂਦੇ ਆ ਕਦੀ ਬਦਾਮ ਸੜਕਾਂ 'ਤੇ ਸੁੱਟੇ ਵੇਖੇ ਜੇ ਕਦੇ ਕੋਈ ਪਿਸਤਾ ਸੁੱਟ ਗਿਆ ਹੋਵੇ ਕਦੇ ਕੋਈ ਕਾਜੂ ਸੁੱਟ ਗਿਆ ਹੋਵੇ ਉਹ ਛਦਈਆ ਬਦਾਮ 'ਤੇ ਕਿਤੇ ਇੱਕ ਮਿਲ ਜਾਂਦਾ ਹੁੰਦਾ ਸੀ ਨਾ ਬੁੱਢਾ ਮਰੇ ਤਾਂ ਉਹਦੀ ਬਿੱਦ 'ਚੋਂ ਬਿੱਦਾ ਪਤਾ ਜੀ ਬਿੱਦ ਹੁੰਦੀ ਸੀ ਜਦੋਂ ਕਿਤੇ ਬੁੱਢਾ ਮਰਦਾ ਹੁੰਦਾ ਸੀ ਵੰਡਦੇ ਨਹੀਂ ਹੁੰਦੇ ਮਖਾਣੇ ਮੂੰਗਫਲੀਆਂ ਛੁਹਾਰੇ ਉਹਨਾਂ 'ਚ ਕਦੇ ਕਦੇ ਬਦਾਮ ਵੀ ਆ ਜਾਂਦਾ ਹੁੰਦਾ ਸੀ ਅਤੇ ਜਦੋਂ ਕਿਤੇ ਬਦਾਮ ਆ ਜਾਂਦਾ ਹੁੰਦਾ ਸੀ ਨਾ ਅਤੇ ਉਹਨੂੰ ਘਰ ਲਿਆ ਕੇ ਜਦੋਂ ਭੰਨਣਾ ਇੱਟੇ ਨਾਲ ਅਤੇ ਉਹਨੇ ਤਿਲਕੇ ਕਦੀ ਬੈੱਡ ਥੱਲੇ ਵੜ ਜਾਣਾ ਕਦੀ ਭੜੋਲੇ ਥੱਲੇ ਵੜ ਜਾਣਾ ਉੱਥੋਂ ਵੀ ਕੱਢ ਲਿਆ ਜਾਂਦਾ ਹੁੰਦਾ ਸੀ ਕਦੀ ਆਲੂਆਂ ਪਿੱਛੇ ਨਹੀਂ ਭੱਜਣਾ ਸਕੀਤੀ ਜੀ ਬਸ ਫਿਰ ਉਹ ਮਹਿੰਗੀਆਂ ਚੀਜ਼ਾਂ ਕਰਮਾਂ 'ਚ ਘੱਟ ਹੁੰਦੀਆਂ ਵਾ ਉਹ ਧਿਆਨ ਨਾ ਖਾਇਆ ਕਰੋ ਆਲੂ ਤਾਂ ਕਿਤੇ ਢੇਰਾਂ ਦੇ ਢੇਰੀ ਆ ਕਰਮਾਂ 'ਚ ਇਹ ਨਹੀਂ ਮੁੱਕਦੇ ਵੀਰੇ ਗੱਲ ਸੁਣੀ ਸਮੋਸੇ ਯਾਰ ਇੱਥੋਂ ਕਿੱਥੋਂ ਮਿਲਣਗੇ ਵਧੀਆ ਜੇ